ਆਸਟ੍ਰੇਲੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਨਿਓ ਜਾਨੀ ਕਿ ਮਿੰਟੂ ਬਰਾੜ ਵੱਨਿਓ ਇੱਕ ਵਾਰ ਫੇਰ ਪਿਆਰ ਭਰੀ ਸਤਿ ਸ਼ਕਾਲ ਉਮੀਦ ਕਰਦੇ ਹਾਂ ਜੀ ਜਿੱਥੋਂ-ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜਦੇ ਹੋ ਤੰਦਰੁਸਤ ਹੋਵੋਗੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਜ਼ਿੰਦਗੀ ਨੂੰ ਮਾਣ ਰਹੇ ਹੋਵੋਗੇ ਜਿਵੇਂ ਕਿ ਅਸੀਂ ਪਿੰਡ ਆਸਟ੍ਰੇਲੀਆ ਜਰੀਏ ਪਿਛਲੇ 5-6 ਸਾਲਾਂ ਤੋਂ ਤੁਹਾਡੀ ਸੇਵਾ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆਉਣੇ ਆ ਅੱਜ ਅਸੀਂ ਜਿਹੜਾ ਇੱਕ ਥੋੜਾ ਜਿਹਾ ਨਵੇਕਲਾ ਕਰਨ ਜਾ ਰਹੇ ਹਾਂ ਨਵੇਕਲਾ ਮੀਨਸ ਇਹ ਆ ਵੀ ਜਦੋਂ ਵੀ ਪਰਦੇਸੀ ਹੋਿਆਂ ਦੀ ਗੱਲ ਆਉਂਦੀ ਆ ਤਾਂ ਪੁੱਤ ਪਰਦੇਸੀ ਹੋਇਆ ਦੀ ਗੱਲ ਆਉਂਦੀ ਆ ਜੇ ਪਰਦੇਸੀਆਂ ਦੀਆਂ ਸਟੋਰੀਆਂ ਆਉਂਦੀਆਂ ਤਾਂ ਪੁੱਤਾਂ ਦੀਆਂ ਸਟੋਰੀਆਂ ਸੁਣਾਈਆਂ ਜਾਂਦੀਆਂ ਜ਼ਿਆਦਾਤਰ ਵੀ ਪਰਦੇਸੀ ਪੁੱਤਾਂ ਨੇ ਕੀ ਕਮਾ ਲਿਆ ਕਿੱਥੋਂ ਤੱਕ ਪਹੁੰਚ ਗਏ ਕਿੰਨੀਆਂ ਮਿਹਨਤਾਂ ਕੀਤੀਆਂ ਪਰ ਕਿਤੇ ਨਾ ਕਿਤੇ ਅਸੀਂ ਪਤਾ ਨਹੀਂ ਜਾਣ ਬੁੱਝ ਕੇ ਪਤਾ ਨਹੀਂ ਸਹਿਸਵਾ ਪਤਾ ਨਹੀਂ ਸਾਡਾ ਇੱਕ ਕਹਿੰਦੇ ਨੇ ਮੇਲ ਡੋਮੀਨੇਟਰ ਜਿਹੜਾ ਸਮਾਜ ਆ ਉਸ ਕਰਕੇ ਸਨੁਤੀਆਂ ਦੀਆਂ ਜਿਹੜੀਆਂ ਕੁਰਬਾਨੀਆਂ ਧੀਆਂ ਵੱਨੋਂ ਕਾਮਯਾਬੀ ਲਈ ਕੀਤੀਆਂ ਗਿਆ ਮਿਹਨਤਾਂ ਤੇ ਉਹ ਚੀਜ਼ਾਂ ਦਿਖਾਈ ਨਹੀਂ ਦਿੰਦਾ इवन ਧੀਆਂ ਦਾ ਜਿਹੜਾ ਰੋਲ ਹੁੰਦਾ ਬਹੁਤੇ ਥਾਵਾਂ ਤੇ ਥੋੜੇ ਹੀ ਹੁੰਦੇ ਆ ਜਿਹੜੇ ਆਪਾਂ ਕਹਿ ਦਈਏ ਬਹੁਤੇ ਥਾਵਾਂ ਤੇ ਦੋ ਦੋ ਪਰਿਵਾਰਾਂ ਨੂੰ ਸੈੱਟ ਕਰਕੇ ਤੇ ਹੋਰ ਜੇ ਅਸੀਂ ਅੱਜ ਪਰਦੇਸੀਆਂ ਦੀ ਹਿਸਟਰੀ ਫਰੋਲਣ ਲੱਗ ਜਾਈਏ ਤਤ ਨੂੰ ਬੋਧੇ ਪਰਿਵਾਰਾ ਇਹਦੇ ਮਿਲਣਗੇ ਵੀ ਇੱਕ ਧੀ ਆਈ ਤੇ ਉਹਨੇ ਆ ਕੇ ਆਪਦੇ ਕੁੜਮ ਕਬੀਲੇ ਦੇ ਕਈਆਂ ਨੇ 20 ਜੀ ਕਿਸੇ ਨੇ 50 ਜੀ ਤੇ 100-100 ਜੀ ਵੀ ਵਿਦੇਸ਼ਾਂ ਦੇ ਵਿੱਚ ਲਿਆ ਕੇ ਸੈੱਟ ਕਰਦੇ ਆ ਨਿਉ ਹੋਤੀ ਬਣੀ ਪਰ ਪਤਾ ਨਹੀਂ ਕਿਉਂ ਅਸੀਂ ਉਹਨਾਂ ਧੀਆਂ ਨੂੰ ਅਕਸਰ ਇਗਨੋਰ ਕਰਦੇ ਰਹੇ ਆ ਪਿੰਡ ਆਸਟ੍ਰੇਲੀਆ ਨੇ ਕਦੇ ਵੀ ਇੱਕ ਤਰਫੀਆਂ ਐਣਕਾ ਨਹੀਂ ਲਾਈਆਂ ਉਹਨਾਂ ਨੇ ਨਾ ਇਹਦੇ ਵਿੱਚ ਪਿੰਡ ਆਸਟ੍ਰੇਲੀਆ ਦੇ ਵਿੱਚ ਨਾ ਅਸੀਂ ਇਹ ਰੱਖਿਆ ਵੀ ਕਿਤੇ ਨੇ ਵੀ ਕਿਸੇ ਨੂੰ ਅਸੀਂ ਵੱਡਾ ਤੇ ਕਿਸੇ ਨੂੰ ਛੋਟਾ ਰੱਖੀਏ ਆਸਟ੍ਰੇਲੀਆ ਜਾ ਕੇ ਤਾਂ ਸਿੱਖਿਆ ਹੀ ਆ ਵੀ ਕੁੜੀਆਂ ਮੁੰਡਿਆਂ ਦੇ ਵਿੱਚ ਜਿਹੜੀ ਬਰਾਬਰਤਾ ਜਾਂ ਕੰਮ ਦੇ ਰੂਪ 'ਚ ਕਿਤੇ ਵੀ ਉਹ ਮੁੰਡਿਆਂ ਜਿੰਨਾ ਕਮਾ ਸਕਦੀਆਂ ਮੁੰਡਿਆਂ ਜਿੰਨਾ ਕੰਮ ਕਰ ਸਕਦੀਆਂ ਤੇ ਮੁੰਡਿਆਂ ਤੋਂ ਵੱਧ ਕੇ ਕਾਮਯਾਬ ਹੋ ਸਕਦੀਆਂ ਪਹਿਲੀ ਵਾਰ ਆ ਕੇ ਸੀ ਵਿਦੇਸ਼ਾਂ 'ਚ ਦੇਖਦੇ ਸੀ ਇੰਡੀਆ 'ਚ ਤਾਂ ਵੱਡੀਆਂ ਗੱਲਾਂ ਸੀ ਵੀ ਕੁੜੀਆਂ ਬੱਸਾਂ ਵੀ ਬਰਾਬਰ ਚਲਾਉਂਦੀਆਂ ਟਰੱਕ ਵੀ ਬਰਾਬਰ ਚਲਾਉਂਦੀਆਂ ਖੇਤੀ 'ਚ ਵੀ ਬਰਾਬਰ ਕੰਮ ਕਰਦੀਆਂ ਸੋ ਉਹਨਾਂ ਚੀਜ਼ਾਂ ਨੇ ਸਾਨੂੰ ਬਹੁਤ ਜਾਨੀ ਕਿ ਸਾਡੇ ਵੀ ਜਿਹੜੇ ਆਉਣ ਵਾਲੀ ਜਨਰੇਸ਼ਨ ਨੂੰ ਇਨਸਪਾਇਰ ਕੀਤਾ ਜੀ ਅੱਜ ਅਸੀਂ ਜਿਹੜੇ ਥਾਂ ਤੇ ਖੜੇ ਆ ਇਹ ਆ ਜੀ ਐਡਲੇਡ ਸਾਊਥ ਆਸਟ੍ਰੇਲੀਆ ਦੀ ਇਹ ਰਾਜਧਾਨੀ ਆ ਐਡਲੇਡ ਤੋਂ ਸਿਰਫ ਕਈ ਇਹ ਤਾਂ 20-25 ਮਿੰਟ ਦੀ ਡਰਾਈਵ ਤੇ ਜਾਂ 20-25 ਕਿਲੋਮੀਟਰ ਦੂਰ ਇੱਕ ਐਡਲੇਡ ਦਾ ਹੀ ਸਵਰਵ ਆ ਜੀ ਵਾਟਰਲੂ ਇਸ ਸਵਰਵ ਦੇ ਵਿੱਚ ਵਰਜੀਨੀਆ ਜਿਹਨੂੰ ਐਡਲੇਡ ਦੀ ਬਾਲ ਕਹਿੰਦੇ ਆ ਸਬਜੀ ਦੀ ਬਾਲ ਕਹਿੰਦੇ ਆ ਜਿਹਨੂੰ ਵੈਜੀਟੇਬਲ ਬਾਲ ਇਹਦਾ ਨਾਮ ਉਹਦੇ ਨਾਲ ਲੱਗਦਾ ਏਰੀਆ ਜੀ ਤੇ ਇੱਥੇ ਵੀ ਬਹੁਤ ਸਾਰੇ ਗ੍ਰੀਨ ਹਾਊਸੇਜ਼ ਆ ਤੇ ਗ੍ਰੀਨ ਹਾਊਸੇਜ਼ਾਂ ਦੇ ਵਿੱਚ ਖੇਤੀ ਹੁੰਦੀ ਆ ਆਧੁਨਿਕ ਤਰੀਕੇ ਨਾਲ ਕਰੇਤੀ ਖੇਤੀ ਹੁੰਦੀ ਆ ਤੇ ਇਸ ਖੇਤੀ 'ਚ ਬਹੁਤ ਸਾਰੇ ਸਾਡੇ ਪੰਜਾਬੀ ਨੌਜਵਾਨ ਇਸ ਟਾਈਮ ਸ਼ਾਮਲ ਆ ਇਸ ਕਿੱਤੇ 'ਚ ਪਰ ਇੱਕ ਜਿਹੜੀ ਨਵੇਕਲੀ ਗੱਲ ਅੱਜ ਦੇ ਐਪੀਸੋਡ 'ਚ ਅਸੀਂ ਕਰਨ ਜਾ ਰਹੇ ਹਾਂ ਜਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਹੈ ਜੀ ਇੱਕ ਪੰਜਾਬ ਦੀ ਧੀ ਬੰਨੀਓ ਪੂਰੇ ਸਿੱਖੀ ਸਰੂਪ 'ਚ ਰਹਿੰਦੇ ਹੋਏ ਇੱਕ ਇਹੋ ਜਿਹੀ ਪੈੜਾਂ ਛੱਡੀਆਂ ਜਾਂ ਪੈੜਾਂ ਪਾਈਆਂ ਜਿਹੜੀਆਂ ਕਿ ਇਸ ਐਪੀਸੋਡ ਤੋਂ ਬਾਅਦ ਮੈਨੂੰ ਉਮੀਦ ਆ ਬਹੁਤ ਸਾਰੀਆਂ ਪੰਜਾਬ ਦੀਆਂ ਧੀਆਂ ਭੈਣਾ ਇਸ ਨਾਲ ਉਹਨੂੰ ਹੋਰ ਹੌਸਲਾ ਮਿਲੂ ਜੇ ਵੀ ਗੁਰਪ੍ਰੀਤ ਕੌਰ ਕਰ ਸਕਦੀ ਹੈ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਸੋ ਮੇਰੇ ਨਾਲ ਆ ਜੀ ਇਸ ਟਾਈਮ ਗੁਰਪ੍ਰੀਤ ਗੁਰਪ੍ਰੀਤ ਸਸੀ ਕਾਲ ਜੀ ਗੁਰਪ੍ਰੀਤ ਆਪਾਂ ਗੱਲਬਾਤ ਸ਼ੁਰੂ ਕਰਦੇ ਆ ਤੁਹਾਡੇ ਪਿਛੋਕੜ ਤੋਂ ਪੰਜਾਬ ਤੋਂ ਕਿੱਥੋਂ ਮੈਂ ਪੰਜਾਬ ਤੋਂ ਜੀ ਸਾਡਾ ਜਲੰਧਰ ਦੇ ਨੇੜੇ ਪਿੰਡ ਹੈ ਹੇਲਰ ਹਾਂਜੀ ਤਾਂ ਮੈਂ ਇੱਕ ਮੱਧਮ ਵਰਗ ਪਰਿਵਾਰ ਦੀ ਧੀ ਹਾਂ ਅਸੀਂ ਖੇਤੀਬਾੜੀ ਨੂੰ ਬਿਲੋਂਗ ਕਰਦੇ ਸੀ ਪਰ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਪੰਜਾਬ ਚ ਧੀ ਆਮ ਤੌਰ ਤੇ ਘਰਾਂ ਦੇ ਅੰਦਰੂਨੀ ਦਵਾਰਾਂ ਵਿੱਚ ਹੀ ਰਹਿ ਜਾਂਦੀਆਂ ਤੇ ਮੈਂ ਉੱਥੇ ਕਦੀ ਖੇਤੀਬਾੜੀ ਗਈ ਨਹੀਂ ਸੀ ਜੀ ਜੀ ਪਰ ਫਿਰ ਸਫਰ ਮੈਨੂੰ ਇੱਥੋਂ ਤੱਕ ਲਿਆ ਔਰ ਮੈਂ ਕਦੀ ਸੋਚਿਆ ਨਹੀਂ ਸੀਗਾ ਕਿ ਮੈਂ ਵੀ ਇੱਥੋਂ ਤੱਕ ਪਹੁੰਚ ਕਰੂੰਗੀ ਨਹੀਂ ਨਹੀਂ ਬਹੁਤ ਵਧੀਆ ਕੀਤਾ ਕਿਹੜੇ ਸਾਲ ਚ ਪੰਜਾਬ ਤੋਂ ਤੁਸੀਂ ਤੁਰੇ ਮੈਂ 2009 ਵਿੱਚ ਆਈ ਸੀ ਸਪਟੈਂਬਰ 2009 ਚ ਮੈਂ ਸਟੂਡੈਂਟ ਵੀਜ਼ੇ ਤੇ ਆਈ ਸੀ ਔਰ ਮੈਂ 5 ਸਾਲ ਮੈਲਬਨ ਆਪਣੀ ਪੜ੍ਹਾਈ ਪੂਰੀ ਕੀਤੀ ਫਿਰ ਪੀਆਰ ਹੋਣ ਦੇ ਚੱਕਰਾਂ ਦੇ ਵਿੱਚ ਐਡਿਲੇਡ ਆ ਗਈ ਤੇ ਐਡਿਲੇਡ ਨੇ ਮੈਨੂੰ ਇਹਨਾਂ ਰਾਵਾਂ ਤੇ ਪਾ ਦਿੱਤਾ ਮੈਲਬਨ ਪੜਾਈ ਕਾਦੀ ਕੀਤੀ ਸੀ ਪੜਾਈ ਮੈਂ ਹਾਰਟੀਕਲਚਰ ਦੀ ਕੀਤੀ ਸੀ ਜੀ ਸੋ ਏਸੀ ਲਾਈਨ ਦੀ ਕੀਤੀ ਸੀ ਹਾਂਜੀ ਏਸੀ ਲਾਈਨ ਦੀ ਕੀਤੀ ਸੀ ਪਰ ਅਨਫੋਰਚਨਟਲੀ ਮੈਂ ਆਈ ਆਈਟੀ ਵਿੱਚ ਸੀਗੀ ਉਦੋਂ 2009-08 ਵਿੱਚ ਆਪਾਂ ਸਾਰਿਆਂ ਨੂੰ ਪਤਾ ਕਿ ਬਹੁਤ ਸਾਰੇ ਸਟੂਡੈਂਟ ਆਉਂਦੇ ਸੀ ਇੰਟਰਨੈਸ਼ਨਲ ਤਾਂ ਸਾਡੀ ਜਿਹੜੀ ਯੂਨੀ ਸੀਗੀ ਉਹ ਬੈਂਕਰਪਟ ਹੋ ਗਈ ਜੀ ਓਕੇ ਜਿਹੜੀ ਘਰਦਿਆਂ ਨੇ ਬਹੁਤ ਮੁਸ਼ਕਲ ਦੇ ਨਾਲ ਫੀਸ ਵਗੈਰਾ ਪੇ ਕੀਤੀ ਸੀ ਉਹਦੇ ਵਿੱਚੋਂ ਕੁਝ ਨਹੀਂ ਮਿਲਿਆ ਜੀ ਬਸ ਸਟਰਗਲ ਉਸੇ ਦਿਨ ਤੋਂ ਸ਼ੁਰੂ ਹੋ ਗਿਆ ਜਦੋਂ ਯੂਨੀ ਬੰਦ ਹੋ ਗਈ ਫਿਰ ਦੁਬਾਰਾ ਜਦੋਂ ਇਨਰੋਲਮੈਂਟ ਹੋਈ ਤਾਂ ਉਦੋਂ ਸਿਰਫ ਇਹੀ ਸੋਚ ਕੇ ਕੀਤਾ ਸੀਗਾ ਕਿ ਪਰਮਨੈਂਟ ਸੈਟਲ ਹੋਣਾ ਹੈ ਨਾ ਤਾਂ ਆਪਾਂ ਹਾਰਟੀਕਲਚਰ ਲੈ ਲਿਆ ਜੀ ਤਾਂ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਜਦੋਂ ਪਤਾ ਚੱਲਿਆ ਕਿ ਨਹੀਂ ਇਸ ਫੀਲਡ ਵਿੱਚ ਬਹੁਤ ਸਾਰੀਆਂ ਓਪਰਚ्युनिटीਜ਼ ਆ ਸੋਰਸ ਆਫ ਇਨਕਮ ਵੀ ਆ ਉਹਦੇ ਨਾਲ ਤੁਸੀਂ ਇੱਕ ਬਹੁਤ ਜ਼ਿਆਦਾ ਇੱਕ ਅਲੱਗ ਵਰਲਡ ਨੂੰ ਆਪਾਂ ਐਕਸਪੋਜ਼ ਕਰਦੇ ਆ ਤਾਂ ਫਿਰ ਸੋਚਿਆ ਸੋ ਸ਼ਹਿਰੀ ਲਾਈਫ ਨੂੰ 5 ਸਾਲ ਰਹਿ ਕੇ ਉੱਥੋਂ ਛੱਡ ਕੇ ਐਡਲੇਡ ਆ ਕੇ ਤੁਸੀਂ ਪਰ ਪਤਾ ਨਹੀਂ ਜੀ ਐਡਲੇਡ ਦੀ ਆਮ ਜ਼ਮੀਨ ਵਿੱਚ ਜਾਂ ਇੱਥੋਂ ਦੀ ਹਵਾ ਚ ਇਹੋ ਜੀ ਕਿਹੜੀ ਚੀਜ਼ ਹੈ ਜਿਹਨੇ ਜਕੜ ਕੇ ਰੱਖ ਲਿਆ ਮੇਰੇ ਨਾਲ ਬਹੁਤ ਸਾਰੇ ਮੇਰੇ ਆਪਣੇ ਸਟੂਡੈਂਟ ਪੈਣ ਭਰਾਏ ਸੀ ਜਿਹੜੇ ਪਰਮਨੈਂਟ ਹੁੰਤ ਬਦ ਵਾਪਿਸ ਮੂਵ ਹੋ ਗਿਆ ਪੁਸ਼ ਅਪ ਵੀ ਕੀਤਾ ਕਿ ਤੁਸੀਂ ਮੂਵ ਹੋ ਜਾਓ ਪਰ ਪਤਾ ਨਹੀਂ ਜੀ ਇੱਥੇ ਸ਼ਹਿਰੀ ਕਪਿੰਡੂ ਮਾਹੌਲਿਆ ਜਿਹਨੇ ਦੁਬਾਰਾ ਮੈਨੂੰ ਮੇਰੀਆਂ ਜੜਾਂ ਦੇ ਨਾਲ ਵਾਪਿਸ ਜੋੜ ਦਿੱਤਾ ਜੀ ਜੀ ਪੰਜਾਬ ਚ ਵੀ ਤੁਸੀਂ ਫੈਮਿਲੀ ਖੇਤੀ ਕਰਦੀ ਸੀ ਪਰ ਪੰਜਾਬ ਚ ਮੈਨੂੰ ਪਤਾ ਜਿਹੜੇ ਟਾਈਮ ਚ ਤੁਸੀਂ ਆਏ ਸੀ ਉਸ ਟਾਈਮ ਤੱਕ ਪੰਜਾਬ ਚ ਕੋਈ ਨਹੀਂ ਪਰਿਵਾਰ ਆਪਦੀ ਧੀ ਨੂੰ ਆਦਾ ਉਹ ਵੀ ਤੂੰ ਮਿਹਨਤ ਕਰ ਖੇਤੀ ਕਰ ਮੈਨੂੰ ਨਹੀਂ ਲੱਗਦਾ ਤੁਸੀਂ ਉੱਥੇ ਉੱਥੇ ਤਾਂ ਇੱਕ ਸਿੰਪਲ ਹਾਂ ਖੇਤੀ ਵਾਲੇ ਪਰਿਵਾਰ ਜੁੜਿਆ ਜ਼ਰੂਰ ਰਹਿੰਦਾ ਖੇਤਾਂ ਨਾਲ ਪਰ ਇਦਾਂ ਨਹੀਂ ਕੀਤੀ ਹੋਣੀ ਮੈਂ ਜੀ ਉੱਥੇ ਕਾਲਜ ਲੈਕਚਰ ਛੱਡ ਕੇ ਇੱਥੇ ਆਈ ਸੀਗੀ ਮੈਂ ਪ੍ਰਾਈਵੇਟ ਕਾਲਜ ਪੜਾਉਂਦੀ ਸੀਗੀ ਤਾ ਮੇਰੀ ਪੈਰੈਂਟਸ ਨੂੰ ਮੇਰੀ ਮੰਮ ਨੂੰ ਹਮੇਸ਼ਾ ਇਹ ਲੱਗਦਾ ਸੀਗਾ ਕਿ ਮੈਂ ਬਹੁਤ ਹਾਰਡ ਵਰਕਿੰਗ ਕਰਦੀ ਆਂ ਔਰ ਟਿਲ ਨਾਓ ਹੁਣ ਤੱਕ ਇਹੀ ਕਹਿੰਦੇ ਆ ਕਿ ਤੂੰ ਉਸ ਦੁਨੀਆ ਤੋਂ ਅਲੈਦਾ ਕੰਮ ਕਰਦੀ ਛੱਡ ਦੇ ਹੁਣ ਤਾਂ ਸੈਟਲ ਹੋ ਗਈ ਹੈ ਨਾ ਪਰ ਹੁਣ ਪੰਜਾਬ ਦੇ ਵਿੱਚ ਕਿਉਂਕਿ ਯੂਜ਼ ਤੋਂ ਨਹੀਂ ਸੀ ਕਿ ਕਦੀ ਗੰਨਾ ਵੀ ਲੈਣਾ ਆਪਾਂ ਅਸੀਂ ਡੇਰੇ ਤੇ ਰਹਿੰਦੇ ਆਂ ਜੀ ਉੱਥੇ ਪਿੰਡਾਂ ਦੇ ਵਿੱਚ ਤਾਂ ਅਸੀਂ ਕਦੀ ਮੈਂ ਗੰਨਾ ਵੀ ਲੈਣ ਨਹੀਂ ਸੀ ਗਈ ਖਾਣ ਦੇ ਚੁੱਪਣ ਦੇ ਲਈ ਨਾ ਉਹ ਮੰਮੀ ਹੁਣੀ ਹੁਣ ਇਹੀ ਸਾਰੇ ਕਹਿੰਦੇ ਆ ਕਿ ਇਹ ਉਹੀ ਕੁੜੀ ਆ ਜਿਹੜੀ ਕਦੀ ਗੰਨਾ ਲੈਣ ਲਈ ਜਾਂ ਜਿਹਨੂੰ ਇਹ ਨਹੀਂ ਸੀ ਪਤਾ ਹੁੰਦਾ ਕਿ ਮੱਜ ਜਾਂ ਗਾਂ ਦੇ ਬੱਚੇ ਬੱਚੀ ਨੂੰ ਕੀ ਕਹਿੰਦੇ ਆ ਨੂੰ ਪਤਾ ਨਹੀਂ ਕਿਉਂ ਤੁਹਾਨੂੰ ਕਿੱਥੇ ਲੈ ਜਾਣ ਤੇ ਕਿੱਥੇ ਸੈਟਲ ਕਰ ਦੇਣ ਬਿਲਕੁਲ ਜੀ ਨਹੀਂ ਬਹੁਤ ਵਧੀਆ ਲੱਗਿਆ ਤੁਸੀਂ ਜਦੋਂ ਮਾਪੇ ਦੀ ਆਪਾਂ ਕਈ ਵਾਰੀ ਨਾ ਛਤਰ ਛਾਇਆ ਦਾ ਨਾਜਾਇਜ਼ ਫਾਇਦਾ ਠਾਕੇ ਤੇ ਸੋਲ ਹੋ ਜਾਂਦੇ ਆ ਤੁਸੀਂ ਉਹ ਜਿਹੜੇ ਬੈਰੀਅਰ ਤੋੜੇ ਚੰਗੀ ਗੱਲ ਕੀਤੀ ਇੱਥੇ ਆ ਕੇ ਤੁਸੀਂ ਫਿਰ ਆਏ ਤਾਂ ਚਲੋ ਹਾਰਟੀਕਲਚਰ ਤੁਹਾਨੂੰ ਇੱਥੇ ਹੁੰਦਾ ਵੀ ਮੈਂ ਕਿਤੇ ਨਾ ਕਿਤੇ ਪੀਆਰ ਲੈਣ ਲਈ ਸਾਰੇ ਜਾਣੇ ਕੋਸ਼ਿਸ਼ਾਂ ਕਰਦੇ ਆ ਬਹੁਤ ਘੱਟ ਹੁੰਦੇ ਆ ਜਿਹੜੇ ਉਸ ਲਾਈਨ 'ਚ ਕੰਮ ਕਰਦੇ ਆ ਨਹੀਂ ਤਾਂ ਕਹਿਣਗੇ ਕਾਗਜ਼ਾਂ 'ਚ ਮੇਰੇ ਕੋਲੇ ਵੀ ਆਉਂਦੇ ਆ ਵੀ ਕਾਗਜ਼ਾਂ 'ਚ ਸਰਟੀਫਿਕੇਟ ਦੇ ਦੇ ਕਾਗਜ਼ਾਂ 'ਚ ਲਿਖ ਕੇ ਦੇ ਦੇ ਤੁਸੀਂ ਆ ਕੇ ਰੀਅਲੀ ਕਿਸੇ ਪਹਿਲਾਂ ਸ਼ੈਡਾਂ ਚ ਕੰਮ ਕੀਤਾ ਜਾਂ ਨਹੀਂ ਨਹੀਂ ਜੀ ਮੈਂ ਮੈਲਬਨ ਵਿੱਚ ਵੀ ਮੈਂ ਵੈਰ ਵੀ ਸਾਊਥ ਵਿੱਚ ਐਜ਼ ਅ ਨਰਸਰੀ ਆਫੀਸਰ ਦੀ ਜੌਬ ਕਰਦੀ ਸੀ ਨਰਸਰੀ ਵੈਟ ਸੀ ਉਹ ਮੇਰੇ ਕਾਲਜ ਨਹੀਂ ਮੈਨੂੰ ਰਿਕਨ ਕੀਤਾ ਸੀਗਾ ਉੱਥੇ ਜੀ ਜੀ ਫਿਰ ਜਦੋਂ ਪਤਾ ਚੱਲਿਆ ਕਿ ਉੱਥੇ ਸਕੋਪ ਬੰਦ ਹੋ ਗਿਆ ਜਾਂ ਪੀਆਰ ਦਾ ਪ੍ਰੋਸੈਸ ਬਹੁਤ ਲੰਬਾ ਹੈ ਫਿਰ ਮੈਂ ਇੱਥੇ ਆ ਗਈ ਕਹਿੰਦੇ ਸੀ ਇੱਥੇ ਸਟੇਟ ਸਪான்ਸਰ ਮਿਲਦੀ ਹੈ ਪਰ ਸਟੇਟ ਸਪான்ਸਰ ਇਸ ਕਰਕੇ ਨਹੀਂ ਮਿਲੀ ਕਿਉਂਕਿ ਮੇਰੀ ਸਟੱਡੀ ਇੱਥੋਂ ਦੀ ਨਹੀਂ ਸੀਗੀ ਤਾਂ ਮੈਂ ਰਿਕੁਆਇਰਮੈਂਟਸ ਪੂਰੀਆਂ ਨਹੀਂ ਸੀ ਕਰਦੀ ਫਿਰ ਮੈਨੂੰ ਦੱਸਿਆ ਕਿਸੇ ਨੇ ਕਿ ਤੁਸੀਂ ਆ ਫਿਰ ਮੈਨੂੰ ਕਿਸੇ ਨੇ ਦੱਸਿਆ ਕਿ ਤੁਹਾਨੂੰ ਸਪான்ਸਰ ਲੈਣੀ ਪੈਣੀ ਹੈ ਨਾ ਫਿਰ ਅਸੀਂ ਬਿਜ਼ਨਸ ਵੀ ਮੈਂ ਆਪਣੀ ਲਾਗਤ ਨਾਲ ਸ਼ੁਰੂ ਕੀਤਾ ਤਾਂ ਲਾਈਕ ਜਿਹੜਾ ਕੰਮ ਮੈਂ ਸ਼ੁਰੂ ਕੀਤਾ ਸੀ ਵਰਜੀਨੀਆ ਦੇ ਵਿੱਚ ਉਹ ਸਾਰਾ ਕੁਝ ਮੇਰੇ ਸਿਰ ਤੇ ਹੀ ਸੀਗਾ ਇਹ ਮੈਂ ਪਹਿਲੀ ਵਾਰੀ ਜਦੋਂ ਆਈ ਸੀ ਮੈਨੂੰ ਇਹ ਨਹੀਂ ਸੀ ਪਤਾ ਕਿ ਪਾਣੀ ਦਾ ਸਿਸਟਮ ਕੀ ਹੈ ਪਾਣੀ ਕਿੱਦਾਂ ਆਪਾਂ ਬੂਟਿਆਂ ਨੂੰ ਲਾਈਦਾ ਜਾਂ ਬੂਟਿਆਂ ਨੂੰ ਟਵਿਸਟਿੰਗ ਕਿੱਦਾਂ ਕਰੀਦੀ ਹੈ ਬਹੁਤ ਸਾਰੇ ਵਿਅਤਨਾਮੀ ਇਹੋ ਜਿਹੇ ਸੈਟਲ ਲੋਕ ਹੈ ਜਿਨ੍ਹਾਂ ਨੇ ਮੇਰੀ ਹੈਲਪ ਵੀ ਕੀਤੀ ਤੇ ਬਹੁਤ ਸਾਰੇ ਇਹੋ ਜਿਹੇ ਸੀ ਜਿਨ੍ਹਾਂ ਨੇ ਅਟਕਲਾਂ ਵੀ ਡਾਈਆਂ ਕਿ ਇੱਕ ਪੰਜਾਬਣ ਖਾਸ ਤੌਰ ਤੇ ਉਹਨਾਂ ਨੂੰ ਸੀ ਕਿ ਕਿ ਇੰਡੀਅਨ ਅਪੀਅਰੈਂਸ ਦੀ ਕੁੜੀ ਜਿਹੜੀ ਆ ਉਹ ਕਿੱਦਾਂ ਸੈਟਲ ਹੋ ਗਈ ਕਿਉਂਕਿ ਮੈਂ ਸੁਣਨ ਵਿੱਚ ਇਹੀ ਆਇਆ ਕਿ ਜਿਹੜਾ ਵਰਜੀਨੀਆ ਹੈ ਉਹ ਇਟਾਲੀਅਨ ਤੇ ਗ੍ਰੀਕਿਆਂ ਦਾ ਹੱਬ ਸੀ ਪਹਿਲਾਂ ਔਰ ਉਹਨਾਂ ਨੇ ਬਾਈਪਾਉਟ ਕਰ ਦਿੱਤਾ ਵੇਟਨਾਮੀਸ ਨੇ ਆ ਕੇ ਨਾ ਅੱਜ ਵੀ ਮੈਂ ਜਦੋਂ ਜਾਨੀ ਆਪਾਂ ਮੈਂ ਅੱਜ ਮੇਰੀ ਪਛਾਣ ਹੈ ਕਿ ਮੈਂ ਖੇਤੀਬਾੜੀ ਵਾਲੀ ਕੁੜੀਆਂ ਇੱਕ ਇੰਡੀਅਨ ਆ ਜਿੰਨੇ ਪਹਿਲੀ ਵਾਰੀ ਸਟਾਰਟ ਕੀਤਾ ਮੈਂ ਇਹ ਨਹੀਂ ਕਹਿੰਦੀ ਸ਼ਾਇਦ ਕੁੜੀਆਂ ਨਹੀਂ ਸੀ ਕੁੜੀਆਂ ਸੀ ਪਰ ਉਹਨਾਂ ਦੇ ਹਸਬੰਦ ਜਾਂ ਉਹਨਾਂ ਦੇ ਮੇਲ ਪਾਰਟਨਰ ਸੀਗੇ ਉਹਨਾਂ ਨੂੰ ਸਪੋਰਟ ਕਰਨ ਲਈ ਇੱਕ ਮੈਂ ਹੀ ਸੀ ਜਿਹੜੀ ਜਾ ਕੇ ਹੱਥ ਆਡਾ ਲਾ ਮੈਂ ਜਦੋਂ ਅੱਜ ਵੀ ਜਾਂਦੀ ਹਾਂ ਤੇ ਮੈਨੂੰ ਅੱਜ ਵੀ ਉਹ ਸੀਨ ਉਹਨਾਂ ਸ਼ਾਪਾਂ ਤੇ ਉਵੇਂ ਹੀ ਦਿਖਦੇ ਜਿੱਥੋਂ ਆਪਾਂ ਫਰਟੀਲਾਈਜ਼ਰ ਲੈਣ ਜਾਂਦੇ ਹਾਂ ਜਦੋਂ ਮੈਂ ਜਾਂਦੀ ਸੀ ਨਾ ਲੋਕਾਂ ਦੀ ਕੁਸਰਪੁਸਰ ਸ਼ੁਰੂ ਹੋ ਜਾਂਦੀ ਸੀ ਕਿਉਂਕਿ ਉਹ ਮਾਰਨਿੰਗ ਟੀ ਪੀ ਰਹੇ ਹੁੰਦੇ ਸੀ ਬੈਠ ਕੇ ਤਾਂ ਮੈਨੂੰ ਬੜਾ ਔਕਵਰਡ ਵੀ ਲੱਗਦਾ ਸੀ ਹਾਂਜੀ ਔਰ ਬਹੁਤ ਜ਼ਿਆਦਾ ਅਜੀਬ ਵੀ ਮਹਿਸੂਸ ਹੁੰਦਾ ਸੀਗਾ ਕਿ ਅਸੀਂ ਇੰਨੇ ਸੋਹਣੇ ਦੇਸ਼ ਵਿੱਚ ਆ ਕੇ ਵੀ ਇਹ ਸਾਡੀ ਸੋਚ ਹੀ ਹੈ ਕਿ ਇੱਕ ਜਿਹੜੀ ਕੁੜੀ ਆ ਉਹ ਕਿੱਦਾਂ ਸੈਟਲ ਹੋ ਸਕਦੀ ਹੈ ਖੇਤੀਬਾੜੀ 'ਚ ਜੀ ਜੀ ਨੇ ਪਰ ਤੁਸੀਂ ਕਾਰ ਦਿਖਾਇਆ ਮੈਂ ਫਿਰ ਉਦੋਂ ਇਹੀ ਸੋਚਿਆ ਸੀ ਜਿਾ ਕਿ ਨਹੀਂ ਵੀ ਇਹਦੇ ਵਿੱਚ ਕੁਝ ਵੀ ਹਾਰਡ ਨਹੀਂ ਹੈਗਾ ਕਿਉਂਕਿ ਮੈਂ ਇਸ ਲਾਈਨ 'ਚ ਬੈ ਚੁੱਕੀ ਸੀ ਨਾ ਤਾਂ ਇੱਕ ਕੁਦਰਤ ਦੀ ਜਿਹੜੀ ਸਹਿਜ ਪ੍ਰਕਿਰਿਆ ਸੀਗੀ ਉਹ ਮੈਨੂੰ ਬਹੁਤ ਜ਼ਿਆਦਾ ਸਕੂਨ ਦਿੰਦੀ ਸੀ ਜੀ ਸਹ ਦੇ ਇਸ ਕਰਕੇ ਇੱਕ ਕਾਰਨ ਇਹ ਹੀ ਹੈ ਕਿ ਮੈਂ ਛੱਡ ਨਹੀਂ ਸਕੀ ਇਸ ਕਿਤੇ ਨੂੰ ਜੀ 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 ਨਹੀਂ ਤਾਂ ਓਵਰਨਾਈਟ ਕਮਾਉਣ ਵਾਲੇ ਬਹੁਤ ਆਉਂਦੇ ਆ ਹਾਂਜੀ ਓਵਰਨਾਈਟ ਖੇਤੀ ਚ ਆਉਂਦੀ ਆ। ਆ ਫਿਰ ਆਪਾਂ ਨੂੰ ਵੀ ਬਹੁਤ ਆਈਜੀ ਬਾਤ ਤੱਕ ਜੋ ਤੱਕ ਮੈਂ ਸੈਟਲ ਹੋ ਗਈ ਬਹੁਤ سارے ਸਾਡੇ ਸਟੂਡੈਂਟਸ ਸੀਗੇ ਜਿਵੇਂ ਤੁਸੀਂ ਕਹਿੰਦੇ ਹੋ ਲਿਖਤੀ ਪਰ ਕਿਉਂਕਿ ਮੈਂ ਇਹਨਾਂ ਨੂੰ ਹੱਡੀ ਹੰਡਾਇਆ ਹੋਇਆ ਸੀ ਤਾਂ ਮੈਨੂੰ ਪਤਾ ਸੀ ਕਿ ਇੱਕ ਹਾਰਡ ਜਰਨੀ ਆ ਸ਼ਾਇਦ ਹਰ ਇੱਕ ਬੰਦੇ ਦੇ ਵਾਸਤੇ ਵੀ ਨਹੀਂ ਹੈਗੀ। ਜੀ ਜੀ ਆਪਾਂ ਇਸ ਚੀਜ਼ ਵਿੱਚ ਸਾਰਿਆਂ ਨੂੰ ਇਸ ਖਿੱਤੇ ਵਿੱਚ ਆਪਾਂ ਸਾਰਿਆਂ ਨੂੰ ਇਨਵੋਲਵ ਨਹੀਂ ਕਰ ਸਕਦੇ ਕਿਉਂਕਿ ਹਰ ਇੱਕ ਬੰਦੇ ਦੀ ਇੱਕ ਆਪਣੀ ਫਿਜ਼ੀਕਲ ਮੈਂਟਲ ਕਪੈਸਿਟੀ ਹੈ ਕਿਸੇ ਦੀ ਵੀ। ਜੀ ਬਿਲਕੁਲ ਇਹ ਵੀ ਵੱਡੀ ਗੱਲ ਹੈ। ਸ਼ਾਇਦ ਮੇਰੇ ਹਾਲਾਤ ਹੀ ਹੋ ਜਾਈ ਸੀ ਕਿ ਉਹਨਾਂ ਨੇ ਮੈਨੂੰ ਇੰਨਾ ਸਟਰ ਕਿਉਂਕਿ ਪਿਆਰ ਦੇ ਚੱਕਰ ਚ ਮੇਰੇ ਡੱਬੀ ਬਹੁਤ ਹੋਈ ਉਹਨਾਂ ਹਾਲਾਤਾਂ ਨੇ ਇੰਨੀ ਕੁ ਸਟ੍ਰੌਗ ਤੇ ਅਫਰੰਟ ਬਣਾ ਦਿੱਤਾ ਕਿ ਹੁਣ ਦੰਦਾ ਨਹੀਂ ਰਿਹਾ ਕਿਸੇ ਚੀਜ਼ ਦਾ ਨਹੀਂ ਇਹ ਤੁਹਾਡੇ ਵਾਲੀ ਸਟੋਰੀ ਬਹੁਤਿਆਂ ਨਾਲ ਹੁੰਦੀ ਆ ਬਹੁਤੇ ਹੁੰਦੇ ਆ ਬਹੁਤ ਨਾਲ ਨੂੰ ਲੋਕ ਜਿਹੜਾ ਇਦਾਂ ਤੱਕਾ ਹੋਇਆ ਤੇ ਪਰ ਜ਼ਿਆਦਾਤਰ ਮੈਂ ਦੇਖਿਆ ਕੁੜੀਆਂ ਰੋ ਕੇ ਉਹਨਾਂ ਕੋਲ ਇੱਕ ਰੋਣ ਦਾ ਹਥਿਆਰ ਹੁੰਦਾ ਤੇ ਰੋ ਕੇ ਖਤਮ ਕਰ ਲੈਂਦੀਆਂ ਆਪਦੀ ਲਾਈਫ ਵੀ ਖਤਮ ਕਰ ਲੈਂਦੀਆਂ ਆਪਦੇ ਪੇਰੈਂਟਸ ਦੀ ਵੀ ਤੇ ਇੱਕ ਵਸ ਫੇਰ ਇੱਕ ਦਾਇਰੇ ਚ ਸਿਮਟ ਕੇ ਰਹਿ ਜਾਂਦੇ ਹਾਂ ਹਾਂਜੀ ਮੈਨੂੰ ਆਪਣੇ ਆਪ ਤੇ ਇਸ ਚੀਜ਼ ਦਾ ਮਾਨਿਆਈ ਮੈਂ ਮੇਰੇ ਪੇਰੈਂਟਸ ਨੇ ਜਿਹੜੀ ਪਹਿਲੀ ਫੀਸ ਭ ਮੈਂ ਕਦੀ ਕਦੀ 70 70 ਘੰਟੇ ਵੀ ਕੰਮ ਕੀਤਾ ਨਾ ਤਾਂ ਉਸ ਹਾਰਡਨੈਸ ਨੇ ਮੈਨੂੰ ਸ਼ਾਇਦ ਇਸ ਤੋਂ ਵੀ ਜ਼ਿਆਦਾ ਸਟਰੋਂਗ ਕਰ ਦਿੱਤਾ ਕਿ ਹੁਣ ਤਾਂ ਲਾਈਫ ਸੈਟਲ ਹੈ ਹੁਣ ਤਾਂ ਬਹੁਤ ਸਾਰੀਆਂ ਚੀਜ਼ਾਂ ਆਸਾਨ ਆ ਮੈਂ ਇਸ ਲਾਈਨ 'ਚ ਪੈ ਗਈਆਂ ਹਰ ਚੀਜ਼ ਦੀ ਨੋਲਿਜ ਹੋ ਗਈ ਆ ਤਾਂ ਇਸ ਕਰਕੇ ਲੱਗਦਾ ਕਿ ਜੇ ਪ੍ਰਮਾਤਮਾ ਤੁਹਾਨੂੰ ਕਿਸੇ ਡਾਇਰੈਕਸ਼ਨ 'ਚ ਮੋੜਦਾ ਆ ਤਾਂ ਉਹ ਕੁਝ ਸੋਚ ਕੇ ਹੀ ਮੋੜਦਾ ਆ ਉਹ ਕਦੀ ਵੀ ਸਾਡੇ ਲਈ ਕੁਝ ਗਲਤ ਨਹੀਂ ਕਰਦਾ ਜਾਂ ਸਾਨੂੰ ਸਟਾਰਟਿੰਗ 'ਚ ਮੈਨੂੰ ਵੀ ਬਹੁਤ ਕੁਝ ਔਖਾ ਲੱਗਿਆ ਤੁਸੀਂ ਬਿਲੀਵ ਨਹੀਂ ਕਰਨਾ ਜਦੋਂ ਮੈਂ ਪਹਿਲੀ ਵਾਰ ਇੱਥੇ ਆਈ ਸੀ ਮੈਂ ਪਲਾਸਟਿਕ ਹਾਊਸ ਇੱਥੇ ਦੇਖੇ ਸੀ ਮੈਂ ਅੱਜ ਵੀ ਵਰਜੀਨੀਆ ਤਮੈਨੂੰ ਉਦੋਂ ਵੀ ਮੇਰਾ ਦਿਲ ਇੱਕ ਵਾਰੀ ਬਹੁਤ ਜ਼ੋਰ ਨਾਲ ਘਬਰਾਇਆ ਸੀਗਾ ਕਿ ਮੈਂ ਇੱਥੇ ਕਿੱਦਾਂ ਬਸੂੰਗੀ ਕਿਉਂਕਿ ਮੈਂ ਕੁਝ ਨਹੀਂ ਜਾਣਦੀ ਸੀ ਆ ਕੀ ਸਿਰਫ ਚਿੱਟੀ ਛੱਤਾਂ ਹੀ ਦਿਖਾਈ ਦਿੰਦੀਆਂ ਸੀਗੀਆਂ ਔਰ ਗਰਮੀਆਂ ਦੇ ਦਿਨ ਸੀ ਇੰਨੀ ਜ਼ਿਆਦਾ ਗਰਮੀ ਸੀ ਮੈਂ ਕਦੀ ਸੋਚਿਆ ਨਹੀਂ ਸੀ ਮੈਂ ਸਰਵਾਈਵ ਕਰ ਪਾਉਂਗੀ ਮੈਂ ਇਹ ਤੇ ਦੱਸ ਦਿਆਂ ਜੀ ਜਦੋਂ ਵਿਦੇਸ਼ ਦੀ ਗੱਲ ਆਉਂਦੀ ਹੈ ਸਾਡੇ ਇੱਕ ਜਨ ਦੇ ਵਿੱਚ ਜੱਚੀ ਹੋਈ ਆ ਗੱਲ ਵੀ ਉੱਥੇ ਠੰਡ ਪੈਂਦੀ ਆ ਤੇ ਠੰਡਾ ਮਾਹੌਲ ਆ ਨਹੀਂ ਆਸਟ੍ਰੇਲੀਆ ਦੇ ਵਿੱਚ ਗਰਮੀ ਹੈਗੀ ਆ ਜੀ ਇੰਡੀਆ ਵਰਗਾ ਹੀ ਵੈਦਰ ਆ ਪਰ ਖਾਸ ਕਰਕੇ ਜੇ ਸਾਊਥ ਆਸਟ੍ਰੇਲੀਆ ਗਈ ਹੈ ਤਾਂ ਇੱਥੇ ਡਰਾਈ ਵੈਦਰ ਆ ਤੇ ਟੈਂਪਰੇ 15 ਸਾਲ ਦਾ 15 ਸਾਲਾਂ ਜੇ ਮੈਂ 50 ਟਪ ਦਾ ਪ੍ਰੈਸ਼ਰ ਜਿਹੜਾ ਟੈਂਪਰੇਚਰ ਦੇਖਿਆ 50 ਟੈਂਪਰੇਚਰ ਜੇ ਮੰਨ ਲਓ ਐਵਰੇਜ 40 ਬੈਲੀ ਦਾ ਹੁੰਦਾ ਹੀ ਆ 45 ਤੱਕ ਹੁੰਦਾ ਤੇ ਜਦੋਂ ਗ੍ਰੀਨ ਹਾਊਸ ਜਾਂ ਤੁਸੀਂ ਪੋਲੀ ਹਾਊਸ ਚ ਜਾਓਗੇ ਨਾ ਤੇ ਟੈਂਪਰੇਚਰ ਬਹੁਤ ਜ਼ਿਆਦਾ ਵੱਬ ਹੁੰਦਾ ਹਾਂਜੀ 65 ਲਾ ਲਓ ਤੁਸੀਂ 65 ਟੈਂਪਰੇਚਰ ਦੇ ਵਿੱਚ ਕੰਮ ਕਰਨਾ ਉਹ ਵੀ ਇੱਕ ਕੁੜੀ ਲਈ ਮਾਇਨੇ ਰੱਖਦਾ ਤੇ ਜੋ ਗੁਰਪ੍ਰੀਤ ਨੇ ਕਰ ਦਿਖਾਇਆ ਤੇ ਜਿਹਦੇ ਕਰਕੇ ਅੱਜ ਅਸੀਂ ਵੀ ਕਿੰਨੀ ਦੂਰੋਂ ਚੱਲ ਕੇ ਕਾਫੀ ਚਿਰ ਤੋਂ ਅਸੀਂ ਕੋਸ਼ਿਸ਼ ਕਰ ਰਹੇ ਸੀ ਗੁਰਪ੍ਰੀਤ ਉਹ ਨਾਲ ਸੰਪਰਕ ਬਣਾ ਕੇ ਏ ਸ਼ੂਟ ਕਰੀਏ ਪਰ ਜਦੋਂ ਸੁਭਬ ਬਣਨਾ ਉਹਦੇ ਬਣਨਾ ਹੁਣ ਤੁਸੀਂ ਕੀ ਕੀ ਗਰੋ ਕਰ ਰਹੇ ਹੋ ਮੈਂ ਦੇਖੋ ਜੀ ਮੈਂ ਸਟਾਰਟਿੰਗ ਤੋਂ ਟਮਾਟਰ ਗਰੋ ਕੀਤੇ ਮੈਂ ਕਕੁੰਬਰ ਲੈਬਨੀਜ਼ ਜਿਹੜੇ ਛੋਟੇ ਹੁੰਦੇ ਆ ਉਹ ਵੀ ਟਰਾਈ ਕੀਤੇ ਐਗ ਬਲੈਂਟ ਵੀ ਟਰਾਈ ਕੀਤੇ ਪਰ ਮੈਨੂੰ ਲੱਗਿਆ ਕਿ ਮੇਰੇ ਲਈ ਜਿਹੜੀ ਬੈਸਟ ਸੂਟੇਬਲ ਲਾਈਨ ਹੈ ਉਹ ਟਮਾਟਰ ਯਾ ਅ ਬਹੁਤ ਸਾਰੇ ਲੋਕ ਆਪਣੇ ਟਮਾਟਰ ਇਸ ਕਰਕੇ ਲੈਣਾ ਛੱਡ ਦਿੰਦੇ ਕਿਉਂਕਿ ਇਹਦੇ ਵਿੱਚ ਬਹੁਤ ਸਾਰੀ ਲੇਬਰ ਹੈ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਤੁਹਾਨੂੰ ਸਾਰਾ ਦਿਨ ਬਿਜ਼ੀ ਰੱਖਦੀਆਂ ਬਹੁਤ ਸਾਰੇ ਕੰਮ ਆ ਜੀ ਸ਼ਾਇਦ ਇਸ ਲੈਂਡ 'ਚ ਪੈਣ ਤੋਂ ਬਾਅਦ ਪਤਾ ਚੱਲਿਆ ਕਿ ਜਿਹੜਾ ਇੱਕ ਪੰਜਾਬ ਵਿੱਚ ਸਿਰਫ ਸਾਨੂੰ ਪਤਾ ਹੈ ਕਿ ਟਮਾਟਰ ਆਸੀ ਸਬਜ਼ੀ 'ਚ ਪਾਉਣੇ ਜਾਂ ਸੈਲਡ ਖਾਣੇ ਇੱਥੇ ਆ ਕੇ ਪਤਾ ਚੱਲਿਆ ਕਿ ਨਹੀਂ ਇਹ ਲੋਕ ਸੈਲਡ ਲਈ ਹੋਰ ਯੂਜ਼ ਕਰਦੇ ਆ ਤੇ ਸਬਜ਼ੀਆਂ 'ਚ ਪਾਉਣ ਵਾਲੇ ਹੋ ਰਿਹਾ ਤੇ ਉਹਨਾਂ ਦੀ ਯੀਲਡ ਵਿੱਚ ਕੀ ਫਰਕ ਹੈ ਪ੍ਰੋਡਕਸ਼ਨ 'ਚ ਕੀ ਫਰਕ ਹੈ ਸਾਰੀਆਂ ਚੀਜ਼ਾਂ ਦਾ ਪਤਾ ਚੱਲਿਆ ਜੀ ਜੀ ਤਾਂ ਪਰ ਮੈਂ ਸੋਚ ਰਹੀ ਹਾਂ ਕਿ ਜਿਹੜਾ ਨੈਕਸਟ ਕ੍ਰੌਪ ਆਉਸੀ ਹੋਰ ਕੋਈ ਟਰਾਈ ਕਰੀਏ ਜੀ ਦੇਖੋ ਸਾਡੇ ਕੋਲ ਇੱਕ ਕੁਐਸਚਨ ਆਉਂਦਾ ਇੱਥੇ ਕਿਉਂਕਿ ਲੋਕਾਂ ਨੂੰ ਬਹਿਮ ਉੱਥੇ ਜਿਹੜੀਆਂ ਗੱਲਾਂ ਪਰੋਸੀਆਂ ਜਾਂਦੀਆਂ ਉਹੋ ਜਿਹੇ ਦਾ ਬਹਿਮ ਹੋ ਜਾਂਦਾ ਖਾਸ ਕਰਕੇ ਪੰਜਾਬ 'ਚ ਉਹਨਾਂ ਉਹ ਆਦੇ ਉੱਥੇ ਤਾਂ ਸਰਕਾਰਾਂ ਬਹੁਤ ਕੇਅਰ ਕਰਦੀਆਂ ਸਰਕਾਰਾਂ ਤੁਹਾਡੇ ਲਈ ਬਹੁਤ ਕੁਝ ਦਿੰਦੀਆਂ ਦੇਖੋ ਮੈਂ ਵੀ ਇੱਕ ਜ਼ਿੰਮੇਵਾਰ ਆ ਮੈਂ ਆਪਦੇ ਬੰਨੇ ਉਹ ਬਹੁਤ ਵਾਰੀ ਦੱਸ ਚੁੱਕਿਆ ਹਾਂ ਪਰ ਤੁਸੀਂ ਦੱਸਿਓ ਵੀ ਤੁਹਾਨੂੰ ਕਿਹਦੇ ਸਰਕਾਰ ਨੇ ਕਿਸੇ ਕੀ ਚੀਜ਼ ਤੇ ਕੋਈ ਹੱਲ ਐਮ ਨਹੀਂ ਜੀ ਸਿਰਫ ਮੇਰੇ ਖਿਆਲ 'ਚ ਜਿਹੜਾ ਆਪਾਂ 올ਓਵਰ ਫਰਕ ਲੱਭਦੇ ਹੋਏ ਕਿ ਜੇਕਰ ਇੱ ਜਿਹੜੇ ਸਾਡੇ ਮਿਡਲ men ਆ ਮੇਨ ਸਾਡੀ ਪ੍ਰੋਬਲਮ ਉਹ ਹੋ ਆ ਨਾ ਜੀ ਜਿਹੜੇ ਮਿਡਲ men ਆ ਉਹਨਾਂ ਨੇ ਆਪਣਾ ਜਿਹੜਾ 4 ਡਾਲਰ 10 ਡਾਲਰ ਤਾਂ ਡਾ ਉਹ ਉਹਨਾਂ ਦਾ ਤੁਸੀਂ ਘਾਟੇ 'ਚ ਜਾ ਰਹੇ ਆ ਬਾਦੇ 'ਚ ਜਾ ਰਹੇ ਆ ਉਹਨਾਂ ਨੂੰ ਇਸ ਗੱਲ ਨਾਲ ਲੈਣ ਦੇਣ ਨਹੀਂ ਉਹਨਾਂ ਨੇ ਸਿਰਫ ਆਪਣਾ ਕਮਿਸ਼ਨ ਰੱਖਣਾ ਆ ਜੀ ਜੇ ਆਪਾਂ ਕਹੀਏ ਕਿ ਸਰਕਾਰਾਂ ਹੈਲਪ ਕਰਦੀਆਂ ਸ਼ਾਇਦ ਸਰਕਾਰਾਂ ਇੰਡੀਆ ਵਾਂਗੂ ਪੰਜਾਬ ਵਾਂਗੂ ਉਹਨਾਂ ਵੱਡੇ ਜ਼ਿੰਮੇਵਾਰਾਂ ਦੇ ਪਿੱਛੇ ਹੋਣਗੀਆਂ ਜਿਹੜੇ ਸਾਡੇ ਵਰਗੇ ਜ਼ਿੰਮੇਵਾਰ ਅਸੀਂ ਹਲੇ ਵੀ ਸਟਰਗਲ ਲੈਵਲ ਤੇ ਆਂ ਤੇ ਅਸੀਂ ਚਾਹੁੰਦੇ ਆ ਕਿ ਸਾਡਾ ਅਸੀਂ ਕੈਨੇਡਾ ਦਾ ਸੁਣਦੇ ਆ ਕਿ ਉੱਥੇ ਪੰਜਾਬੀ MP's ਆ ਉਹ ਪੰਜਾਬੀਆਂ ਲਈ ਕੰਮ ਕਰ ਰਹੇ ਤਾਕਿ ਉਹ ਸਾਡੀਆਂ ਇਹਨਾਂ ਮੁਸ਼ਕਲਾਂ ਨੂੰ ਜਿਹੜਾ ਸੁਣ ਸਕਣ ਤੇ ਸਾਨੂੰ ਜਿਹੜਾ ਬਾਜ ਜਿਹੜੀ ਸਾਡੀ ਫੀਡਬੈਕ ਉਹ ਵਾਪਸ ਮਿਲ ਸਕੇ ਜੀ ਤੁਸੀਂ ਮੀਡਲਮੈਨ ਦੀ ਗੱਲ ਕੀਤੀ ਇਹ ਵੀ ਇੱਕ ਵੱਡਾ ਕੁਐਸਚਨ ਆ ਕਿਉਂਕਿ ਮਾਰਕੀਟਿੰਗ ਨੂੰ ਜੇ ਮੈਂ ਇੱਕ ਵਾਰੀ ਕਿਤੇ ਲਿਖਤਾ ਨਹੀਂ ਬੋਲਤਾ ਵੀ ਪੰਜਾਬ ਜਾਂ ਇੰਡੀਆ 'ਚ ਹਜੇ ਜਿਹੜੀ ਮੰਡੀ ਕਰਨਾ ਉਹ ਸਭ ਤੋਂ ਵਧੀਆ ਹਾਂਜੀ ਤੇ ਉਹਨਾਂ ਨੇ ਸਾਨੂੰ ਇਹਦੇ ਤੇ ਮੈਨੂੰ ਬਹੁਤ ਸਾਰੇ ਲੋਕਾਂ ਨੇ ਥੱਲੇ ਗਾਲਾਂ ਕੱਢੀਆਂ ਔਰ ਬੋਲੇ ਵੀ ਕਹਿੰਦੇ ਨਹੀਂ ਤੈਨੂੰ ਕੀ ਪਤਾ ਆਏ ਆ ਇਹ ਬੋ ਪਰ ਮੈਨੂੰ ਤਾਂ ਪਤਾ ਵੀ ਮੈਂ ਇਥੋਂ ਦੀ ਵੀ ਮੰਡੀ ਕਰਨ ਦੇਖ ਲਿਆ ਮੈਂ ਨਿਊਜ਼ੀਲੈਂਡ ਦਾ ਵੀ ਦੇਖਿਆ ਮੈਂ ਕੈਨੇਡਾ ਦਾ ਵੀ ਦੇਖਿਆ ਮੈਂ ਅਮਰੀਕਾ ਬਾਰੇ ਵੀ ਜਾਣਿਆ ਮੈਂ ਪੜਿਆ ਰਿਸਰਚ ਵੀ ਕੀਤੀ ਕਈ ਤਾਂ ਮੈਂ ਅੱਖੀਂ ਦੇਖੇ ਤਾਂ ਮੈਨੂੰ ਮਹਿਸੂਸ ਹੋ ਰਿਹਾ ਵੀ ਪੰਜਾਬ ਵਧੀਆ ਤਾਂ ਮੈਂ ਉੱਥੇ ਪੰਜਾਬ ਨੂੰ ਵਧੀਆ ਕਿਹਾ ਨਾਰਮਲੀ ਅਸੀਂ ਕੰਪੇਅਰ ਕਰਕੇ ਉਹਨੂੰ ਨੀਵਾ ਹੀ ਦਿਖਾਉਣੇ ਹੁੰਦੇ ਪਰ ਜੇ ਕਿਤੇ ਚੰਗਾ ਤਾਂ ਚੰਗਾ ਵੀ ਕਿਹਾ ਚੰਗਾ ਹਾਂਜੀ ਇਹ ਹੁਣ ਮੰਡੀ ਕਰਨ ਦੀ ਤੁਸੀਂ ਦਿੱਕਤ ਦੱਸੀ ਹੈ ਇੱਥੇ ਮੰਡੀ ਕਰਨ ਕਿਵੇਂ ਕਰਦੇ ਹੋ ਤੁਸੀਂ ਮੰਡੀ ਕਰਨ ਦਾ ਕੀ ਸਿਸਟਮ ਮੇਰੇ ਕੋਲ ਦੇਖੋ ਜੀ ਵੈਸੇ ਮੈਂ ਇੱਕ ਹੀ ਜਿਹੜਾ ਮਿਡਲ ਮੈਨ ਉਹਦੇ ਨਾਲ ਸਟਕਿਆ ਕਿਉਂਕਿ ਮੈਨੂੰ ਪਹਿਲੇ ਸਾਲ ਮੈਨੂੰ ਕਿਸੇ ਚੀਜ਼ ਦੀ ਕੋਈ ਨੌਲੇਜ ਨਹੀਂ ਸੀ ਨਾ ਜੀ ਜੀ ਤਾਂ ਮੈਂ ਬਹੁਤ ਜ਼ਿਆਦਾ ਰਿਪਡ ਆਫ ਹੋਈ ਲੋਕਾਂ ਨੇ ਰੇਟ ਪਹਿਲਾਂ ਹੋਰ ਦੱਸੇ ਇੱਕ ਖਾਸ ਤੌਰ ਤੇ ਉਹਨਾਂ ਨੂੰ ਪਤਾ ਸੀ ਕਿ ਕੱਲੀ ਕੁੜੀ ਚੱਕਣ ਚੱਕ ਰਹੀ ਆ ਵੀ ਇਹਨੂੰ ਕਿਸੇ ਚੀਜ਼ ਦੀ ਨੌਲੇਜ ਨਹੀਂ ਬਹੁਤ ਸਾਰੇ ਪੰਜਾਬੀ ਆਪਣੇ ਜਿਹੜੇ ਮੁੰਡੇ ਕੁੜੀਆਂ ਖੇਤਾਂ 'ਚ ਕੰਮ ਕਰਦੇ ਸੀ ਉਹਨਾਂ ਨੇ ਵੀ ਬਹੁਤ ਹੈਲਪ ਕੀਤੀ ਪਰ ਜਦੋਂ ਮਿਡਲ ਮੈਨ ਤੋਂ ਉਹਨੂੰ ਚੰਗਾ ਨਹੀਂ ਮਿਲ ਰਿਹਾ ਤੇ ਤੁਸੀਂ ਪੈਸੇ ਲੈਣ ਜਾਂਦੇ ਚੈੱਕ ਲੈਣ ਜਾਂਦੇ ਤਾਂ ਤੁਹਾਨੂੰ ਸ਼ਾਇਦ ਜਿਹੜਾ 1000 ਦਾ ਉਹ ਸਾਨੂੰ 300 ਡਾਲਰ ਦਾ ਦੇ ਰਿਹਾ ਤੇ 700 ਡਾਲਰ ਦਾ ਘਾਟਾ ਖਾਣਾ ਭਾਵੇਂ ਅਸੀਂ ਕਹਿ ਰਹੇ ਹਾਂ ਕਿ ਸਾਡਾ ਇਹ ਇੱਕ ਹੌਬੀ ਹੈ ਜਾਂ ਕੁਝ ਵੀ ਹੈ ਪਰ ਫਿਰ ਵੀ ਅਸੀਂ ਇੱਕ ਲਾਗਤ ਲਾਈ ਆ ਉਹ ਸਾਨੂੰ ਵਾਪਸ ਚਾਹੀਦੀ ਹੈ ਜੀ ਜੀ ਨਾਲੇ ਨਿਤ ਵੱਡੀ ਹੁੰਦੀ ਹੈ 300 ਨਾਲ ਬਹੁਤ ਦੂਰ ਚਲੀ ਹਾਂ ਜੀ ਤਾਂ ਬਹੁਤ ਬਹੁਤ ਜ਼ਿਆਦਾ ਫਰਕ ਹੈ ਨਾ ਇਹ ਤਾਂ ਮੇਰਾ ਦੋ ਜਿਹੜੇ ਲੋਕ ਸੀ ਮੀਡਲਮੈਨ ਉਹਨਾਂ ਨਾਲ ਫਿਰ ਬਹੁਤ ਜ਼ਿਆਦਾ ਲੜਾਈ ਝਗੜਾ ਚੱਲਿਆ ਸ਼ਾਇਦ ਅਸੀਂ ਬਹੁਤ ਸਾਰੇ ਲੋਕ ਸਾਡੇ ਪੰਜਾਬੀ ਭਾਈ ਸੀਗੇ ਜਿਹਨੇ ਉਹਨਾਂ ਨੇ ਕੋਰਟ ਵਿੱਚ ਵੀ ਕੇਸ ਕੀਤਾ ਪਰ ਇੱਥੋਂ ਦਾ ਕੋਰਟ ਕਿਸਾਨ ਵੀਰ ਦੀ ਕਹਾਣੀ ਹੈ ਜਿਹੜੇ ਆਪਾਂ ਨਵੇਂ ਮਾਰਕੀਟ ਸੈਂਟਰ ਕਰਦੇ ਆ ਫਿਰ ਤਾਂ ਚਲੋ ਆਪਾਂ ਨੂੰ ਪਤਾ ਚੱਲ ਹੀ ਜਾਂਦਾ ਕਿ ਹਰ ਥਾਂ ਤੇ ਇੱਕ ਵੱਡੀ ਮੱਛੀ ਜਿਹੜੀ ਛੋਟੀਆਂ ਨੂੰ ਖਾਂਦੀ ਆ ਜੀ ਜੀ ਪਰ ਸ਼ਾਇਦ ਮੈਂ ਇੱਕ 21 ਮੀਡਲ ਮੈਨਰ ਸਟਾਕਿਆਂ ਤਾਂ ਮੈਨੂੰ ਵੀ ਪਤਾ ਹੈ ਕਿ ਉਹ ਬੰਦਾ ਫੇਅਰਲੀ ਲੈਂਦਾ ਹੈ ਪਰ ਸਟਿਲ ਸਾਨੂੰ ਉਹ ਫੀਡਬੈਕ ਨਹੀਂ ਮਿਲਦੀ ਜਿਹੜੀ ਅਸੀਂ ਚਾਹੁੰਦੇ ਆ ਤੁਸੀਂ ਅੱਜ ਦੇ ਦਿਨਾਂ ਦੀ ਲਾ ਲਓ ਅੱਜ ਕੱਲ ਜਿਹੜੀ ਟਮਾਟੋ ਮਾਰਕੀਟ ਬਹੁਤ ਜ਼ਿਆਦਾ ਟਾਈਟ ਹੈ ਨਾ ਸਟਿਲ ਅਸੀਂ ਸਿਰਫ ਓਨਾ ਹੀ ਰੇਟ ਲੈ ਰਹੇ ਹਾਂ ਜਿੰਨਾ ਕਿ ਇੱਕ ਨੋਰਮਲ ਹਾਂਜੀ ਜੇ ਉਹ ਕੋਈ ਬਹੁਤ ਜ਼ਿਆਦਾ ਟਾਈਟ ਹੈ ਉਹ ਪੈਸਾ ਬਣਾ ਰਿਹਾ ਤਾਂ ਉਹ ਬਣਾ ਰਿਹਾ ਜਿਹੜੇ ਮਿਡਲ ਮੈਨ ਇਵਨ ਤੋਂ ਤੁਸੀਂ ਪ੍ਰਾਕਾ ਮਾਰਕੀਟ ਚ ਜਾਓਗੇ ਪ੍ਰੋਡਿਊਸ ਮਾਰਕੀਟ ਦੇ ਵਿੱਚ ਉੱਥੇ ਤੁਹਾਨੂੰ ਆਪਣਾ ਸਟਾਲ ਲੈਣ ਲਈ ਬਹੁਤ ਸਟਰਗਲ ਕਰਨਾ ਪੈਂਦਾ ਹੈ ਨਾ ਵੀ ਨਹੀਂ ਮਿਲਦਾ ਹਾਂਜੀ ਤੇ ਮਾਰਕੀਟਿੰਗ ਦਾ ਮੈਂ ਆਪਣਾ ਤੁਹਾਨੂੰ ਐਕਸਪੀਰੀਅੰਸ ਦੱਸਦੀ ਹਾਂ ਅਜ ਤੋਂ 4 ਸਾਲ ਪਹਿਲਾਂ ਅਸੀਂ ਸੰਡੇ ਮਾਰਕੀਟ ਗਏ ਸੀਗੇ ਜੀ ਜੀ ਤਾਂ ਅਸੀਂ ਉੱਥੇ ਜੂਟ ਵਿੱਚ ਬਿਲਕੁਲ ਏ ਕਲਾਸ ਕੀ ਕ ਸੈਕੰਡ ਹੈਂਡ ਚੀਜ਼ਾਂ ਬਾਕੀ ਵੇਖਦੀਆਂ ਹਾਰਡ ਵਾਲੀਆਂ ਉਧਰ ਸਾਨੂੰ ਹਾਂਜੀ ਤਾਂ ਸਾਨੂੰ ਸਬਜ਼ੀਆਂ ਵਾਲੀ ਜਗ੍ਹਾ ਹੀ ਨਹੀਂ ਮਿਲੇ ਕਿਤੇ ਦਿੱਤੀ ਨਹੀਂ ਉਹਨਾਂ ਨੇ ਪਹਿਲੀ ਵਾਰੀ ਅਸੀਂ ਜਾ ਰਹੇ ਸੀ ਪਰ ਸਾਡੇ ਲੋਕਾਂ ਨੂੰ ਪਤਾ ਸੀਗਾ ਕਿ ਅਸੀਂ ਜਿਹੜਾ ਸਾਡਾ ਪ੍ਰੋਡਿਊਸ ਆ ਬਹੁਤ ਫਰੈਸ਼ ਆ ਉਹਨਾਂ ਨੇ ਸਾਨੂੰ ਸਾਰਿਆਂ ਨੇ ਨੰਬਰ ਦਿੱਤੇ ਔਰ ਅਗਲੀ ਵਾਰੀ ਇਹ ਪੁੱਛੇ ਕਿ ਤੁਸੀਂ ਅਗਲੀ ਵਾਰੀ ਕਿੱਥੇ ਸਟਾਲ ਲਾਉਣੀ ਹੈ ਕਿ ਸਾਨੂੰ ਲੱਭਣਾ ਹਾਰਡ ਹੋ ਜਾਊਗਾ ਉਦੋਂ ਲੱਗਿਆ ਕਿ ਸ਼ਾਇਦ ਇਹ ਜਿਹੜੇ ਮਿਡਲਮੈਨ ਆ ਉਹੋ ਹੀ ਨਹੀਂ ਸਾਨੂੰ ਆਪਣੇ ਕਸਟਮਰ ਤੱਕ ਜਾਂ ਜਿਹੜੇ ਲੋਕ ਫਰੈਸ਼ ਪ੍ਰੋਡਿਊਸ ਚਾਹੁੰਦੇ ਤੇ ਉਹਦੀ ਵੈਲਿਊ ਜਾਣਦੇ ਉਹਤੇ ਤੱਕ ਪਹੁੰਚਣ ਨਹੀਂ ਦਿੰਦੇ ਜੀ ਨਜ਼ਰ ਚ ਕਿਉਂਕਿ ਇੰਨੇ ਸਾਲਾਂ ਚ ਤੁਸੀਂ ਸੋਲੂਸ਼ਨ ਕੋਈ ਸੋਚੇ ਹੋਣੇ ਆ ਕੀ ਸੋਚਦੇ ਕੀ ਆ ਫਿਚਰ ਚ ਕੁਝ ਸੋਚਦੇ ਐ ਇਸ ਬਾਰੇ ਕੁਝ ਕਰਨਾ ਚਾਹੁੰਦੇ ਮੈਂ ਤਾਂ ਜੇ ਇਹੀ ਕਹਿਣਾ ਚਾਹੁੰਦੀ ਆ ਕਿ ਸਾਡੀ ਜਿਹੜੀ ਆਵਾਜ਼ ਆ ਉਹ ਜ਼ਰੂਰ ਅੱਗੇ ਤੱਕ ਜਿਵੇਂ ਆਪਣੇ ਐਗਰੀਕਲਚਰ ਮਿਨਿਸਟਰ ਹੁੰਦਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਗਰਾਊਂਡ ਲੈਵਲ ਤੇ ਸਾਡੇ ਨਾਲ ਕੀ ਹੋ ਰਿਹਾ ਤੇ ਜਿਹੜੇ ਲਾਇਸੈਂਸਿੰਗ ਆਪਾਂ ਪ੍ਰੋਡਿਊਸ ਮਾਰਕੀਟ ਚ ਜਾਂਦੇ ਹਾਂ ਥੋੜੀ ਜੀ ਈਜ਼ੀ ਹੋਣੀ ਚਾਹੀਦੀ ਐਟ ਲੀਸਟ ਉਹਨਾਂ ਲੋਕਾਂ ਲਈ ਜਿਹੜੇ ਜੈਨੂਅਨ ਕੰਮ ਕਰ ਰਹੇ ਆ ਹਾਂਜੀ ਹੁਣ ਔਨ ਦਾ ਟਾਪ ਆਫ ਕਿ ਅਸੀਂ ਟੈਕਸ ਪੇ ਕਰਦੇ ਆ ਆਪਣੀਆਂ ਕੰਪਨੀਆਂ ਦੇ ਅਸੀਂ ਜੀਐਸਟੀ ਪੇ ਕਰਦੇ ਆ ਈਵਨ ਦੋ ਅਸੀਂ ਖਾਦ ਲੈਣ ਜਾਂਦੇ ਆ ਤੇ ਅਸੀਂ 9 ਡਾਲਰ 10 ਡਾਲਰ ਉਹ ਤੇ ਉੱਤੇ ਇੱਕ ਬੋਰੇ ਦੇ ਉੱਤੇ ਜੀਐਸਟੀ ਪੇ ਕਰ ਰਹੇ ਆ ਇਹ ਚੀਜ਼ਾਂ ਦੀ ਐਗਜ਼ੈਂਪਸ਼ਨ ਹੋਣੀ ਚਾਹੀਦੀ ਹੈ ਹਾਂ ਹਾਲੇ ਤੱਕ ਕੁਛ ਨਹੀਂ ਤੇ ਨਹੀਂ ਤੁਸੀਂ ਖੁਦ ਮਾਰਕੀਟਿੰਗ ਕਰਨ ਬਾਰੇ ਜੇ ਹੁਣ ਮੰਨ ਲਓ ਪ੍ਰੋਡਿਊਸ ਮਾਰਕੀਟ ਚ ਤਾਂ ਚੱਲੋ ਬੰਦੇ ਨੂੰ ਮਿਹਨਤ ਕਰਕੇ ਆ ਕਿਸੇ ਹੋਰ ਕੋਈ ਸ਼ਾਪ ਕਰਕੇ ਕਿਸੇ ਫਰੈਸ਼ ਫੂਡ ਦੀ ਜਾਂ ਤੁਸੀਂ ਖੁਦ ਮਾਰਕੀਟਿੰਗ ਬਾਰੇ ਨਹੀਂ ਸੋਚਿਆ ਕਿ ਆ ਮੈਂ ਇਸ ਕਰਕੇ ਨਹੀਂ ਸੋਚਿਆ ਕਿ ਪਹਿਲਾਂ ਤਾਂ ਮੈਂ ਕੱਲੀ ਸੀਗੀ ਮੇਰੇ ਲਈ ਹਰ ਚੀਜ਼ ਮੈਨੇਜ ਕਰਨੀ ਬਹੁਤ ਹਾਰਡ ਸੀ ਕੁੜੀ ਹੋਣ ਦੇ ਨਾਲ-ਨਾਲ ਮੈਂ ਆਪਣੀ ਫੈਮਲੀ ਆਪਣਾ ਘਰ ਤੇ ਮੈਂ ਹਾਲੇ ਸਟੱਡੀ ਮੈਂ ਕਿਉਂਕਿ ਐਗਰੀ ਬਿਜ਼ਨਸ ਮੈਂ ਪੀਆਰ ਹੋਣ ਤੋਂ ਬਾਅਦ ਸ਼ੁਰੂ ਕੀਤਾ ਸੀਗਾ ਤਾਂ ਮੈਂ ਸਾਰੀਆਂ ਚੀਜ਼ਾਂ ਚ ਉਲਝੀ ਹੋਈ ਸੀ ਹੁਣ ਮੇਰੇ 파ਟਨਰ ਮੇਰੇ ਹਸਬੰਦ ਆ ਗਿਆ ਸਦਾ ਦਿਲਪ੍ਰੀਤ ਸਿੰਘ ਹੁਣ ਇੰਡੀਆ ਤੋਂ ਤਾਂ ਹੋਪਫੁਲੀ ਕਿ ਅਸੀਂ ਫਿਊਚਰ ਚ ਕੁਝ ਦੇਖਾਂਗੇ ਕਿਉਂਕਿ ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਕੰਮ ਕਰ ਰਹੇ ਹਾਂ ਤਾਂ ਉਹਨੂੰ ਇੱਕ ਸੱਜੇ ਟਾਂਗ ਨਾ ਕੀਤਾ ਜਾਵੇ ਜੀ ਆਪਾਂ ਅੱਗੇ ਵਧਣ ਤੋਂ ਪਹਿਲਾਂ ਆਪਾਂ ਨਾ ਦਿਖਾਉਣੇ ਵੀ ਆ ਤੁਹਾਨੂੰ ਗੁਰਪ੍ਰੀਤ ਧੋਰਾ ਦੀਆਂ ਸਾਰੀਆਂ ਗੱਲਾਂ ਪਰ ਉਸ ਤੋਂ ਪਹਿਲਾਂ ਬਾਈ ਜੀ ਆਏ ਆ ਦਿਲਪ੍ਰੀਤ ਸਿੰਘ ਚਲੋ ਬਹੁਤ ਵਧੀਆ ਤੁਹਾਡਾ ਏਰੀਆ ਆਪਣਾ ਹੁਸ਼ਿਆਰਪੁਰ ਦੀ ਹੁਸ਼ਿਆਰਪੁਰ ਸੂਸਾ ਦੇ ਨਾਲ ਪਿੰਡ ਹੈ ਸੂਸਾ ਠੀਕ ਹੈ ਅੱਛਾ ਲੰਮੇ ਪਿੰਡ ਕਾਫੀ ਫੇਮਸ ਪਿੰਡ ਆ ਹਾਂਜੀ ਅੱਛਾ ਤੇ ਕਿਵੇਂ ਲੱਗਿਆ ਆਸਟ੍ਰੇਲੀਆ ਕੇ ਬਹੁਤ ਵਧੀਆ ਜੀ ਕੋਈ ਹੋਰ ਤਾਂ ਨਹੀਂ ਦੇਖਿਆ ਸੀ ਸੁਪਨੇ ਉੱਥੇ ਆਏ ਤਾਂ ਨਹੀਂ ਦੇਖਿਆ ਸੀ ਵੀ ਨਹੀਂ ਮੈਂ ਉੱਥੇ ਵੀ ਖੇਤੀ ਕਰ ਰਿਹਾ ਸੀ 10 ਸਾਲ ਤੋਂ ਲੱਗਿਆ ਅੱਛਾ 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 ਤੇ ਚਲੋ ਉੱਥੇ ਦੇ ਸਾਹਮਣੇ ਇੱਥੇ ਬਹੁਤ ਥੱਕ ਗਿਆ ਉੱਥੇ ਫਰਕ ਆ ਸੌਖਾ ਕਿ ਔਖਾ ਸੌਖਾ ਬਹੁਤ ਜ਼ਿਆਦਾ ਸੌਖਾ ਉੱਥੇ ਤਾਂ ਰਾਤ ਨੂੰ ਵੀ ਨਹੀਂ ਚੈਨ ਹੈਗੀ ਇੱਥੇ ਸ਼ੈੱਡ ਬੰਦ ਕਰਕੇ ਜਾ ਵੜੋ ਰਾਤ ਨੂੰ ਤਾਂ ਸਮਝ ਜਾਂਦਾ ਹੈ ਬੰਦਾ 5 ਵਜੇ ਆਉਂਦਾ 7 ਵਜੇ ਜਾਂਦਾ ਕੋਈ ਟਾਈਮ ਦੀ ਲਿਮਿਟ ਤਾਂ ਹੈ ਹਾਂ ਬਿਲਕੁਲ ਬਿਲਕੁਲ ਨਹੀਂ ਨਹੀਂ ਚਲੋ ਬਹੁਤ ਵਧੀਆ ਤੁਸੀਂ ਇੱਕ ਇੱਕ ਕਹਿੰਦੇ ਹੁੰਦੇ 11 ਹੋ ਗਏ ਹੁਣ ਤੇ 11 ਹੋ ਕੇ ਜਰੂਰ ਅਸੀਂ ਆਸ ਕਰਦੇ ਹਾਂ ਵੀ ਅਗਲੀ ਜਿਹੜੀ ਤੁਹਾਡੀ ਇੰਟਰਵਿਊ 5-4 ਸਾਲ ਨੂੰ ਕਰੀਏ ਤੁਸੀਂ ਇੱਕ ਵੱਡੇ ਹਾਈਡਰੋਪੋਨਿਕ ਤੇ ਬਹੁਤ ਆਵਦੇ ਢੰਗ ਦੇ ਵੱਡੇ ਕੰਮ ਕਰਦੇ ਹੋ। ਥੈਂਕ ਯੂ ਜੀ ਅਸੀਂ ਵੀ ਉਮੀਦ ਕਰਦੇ ਆਂ। ਹਾਂ ਅਸੀਂ ਮੈਨੂੰ ਉਮੀਦ ਨਹੀਂ ਮੈਨੂੰ ਆਸ ਆ ਤੁਸੀਂ ਅਗਲੇ 5 ਸਾਲਾਂ ਚ ਕਰ ਲਓਗੇ ਕਿਉਂਕਿ ਤੁਸੀਂ ਉਹ ਉਦਮ ਅੱਗੇ ਲక్ష్ਮੀ ਪੱਕੇ ਅੱਗੇ ਪਾਉਣਾ ਜੀ ਉਦਮੀ ਬੰਦਿਆਂ ਮੂਰੇ ਕੋਈ ਚੀਜ਼ਾਂ ਨਹੀਂ ਅਟਕਦੀਆਂ। ਸੋ ਦੋਸਤੋ ਇਹ ਇਹ ਇੰਟਰਵਿਊ ਨੂੰ ਆਪਾਂ ਨਾਲ-ਨਾਲ ਜਿਹੜੀਆਂ ਚੀਜ਼ਾਂ ਵੀ ਦਿਖਾਉਣਾ ਹੈ ਪਰ ਨਾਲ-ਨਾਲ ਮੈਂ ਬੇਨਤੀ ਕਰਨਾ ਵੀ ਪੋਜ਼ਿਟਿਵ ਵੇ ਨਾਲ ਜੋ ਲੈ ਕੇ ਦੇਖੋਗੇ ਨਾ ਤਾਂ ਤੁਹਾਡੇ ਚੋਂ ਬਹੁਤ ਸਾਰੀਆਂ ਧੀਆਂ ਭੈਣਾਂ ਗੁਰਪ੍ਰੀਤ ਬਣਨ ਦੇ ਕਾਬਲ ਨੇ ਤੇ ਬਹੁਤ ਸਾਰੇ ਨੌਜਵਾਨ ਵੀ ਹੁਣ ਇਸ ਚੀਜ਼ ਨੂੰ ਹਲੂਣਾ ਹਲੂਣਾ ਲੈਣਗੇ ਵੀ ਭਾਈ ਜੇ ਗੁਰਪ੍ਰੀਤ ਕਰ ਸਕਦੀ ਆ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਸੋ ਆਓ ਆਪਾਂ ਦੇਖਦੇ ਆਂ ਕੀ ਕਰਕੇ ਛੱਡ ਤੁਹਾਡੇ